ਅਸਕਲ ਦੋਸਤੋ, ਪਿਛਲੇ ਸਾਲ ਇਮੀਗ੍ਰੇਸ਼ਨ ਦੇ ਦੁਨੀਆ ਦੇ ਵਿੱਚ ਦੋ ਚੀਜ਼ਾਂ ਨਵੀਆਂ ਸੁਣਨ ਨੂੰ ਮਿਲੀਆਂ ਕਿ 5.5 ਬੈਂਡ ਦੇ ਵਿੱਚ ਕੈਨੇਡਾ ਦਾ ਵੀਜ਼ਾ ਲੱਗ ਰਿਹਾ, ਅਤੇ ਦੂਸਰੀ ਚੀਜ਼ ਕਿ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈ ਰਹੇ ਨੇ। ਇਹ ਸਿਰਫ ਇੱਕੋ ਜਣੇ ਨੇ ਕੀਤਾ, ਵਿਨੇ ਹਰੀ ਜੀ ਨੇ, ਅਤੇ ਅੱਜ ਫਿਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੈਨੇਡਾ ਬਾਰੇ। ਅਤੇ ਵਿਨੇ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਅਤੇ ਪਿਛਲੇ ਸਾਲ ਤਾਂ ਤੁਸੀਂ ਦੋ ਚੀਜ਼ਾਂ ਨਵੀਆਂ ਲਿਆਂਦੀਆਂ, ਅਤੇ 2017 'ਚ ਇੱਕ ਨਵੀਂ ਚੀਜ਼ ਹੋਰ ਲਿਆਂਦੀ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ, ਯਾਨੀ ਕਿ ਐਂਬੈਸੀ ਫੀਸ ਅਤੇ ਪ੍ਰੋਸੈਸਿੰਗ ਫੀਸ ਵੀ ਵੀਜ਼ਾ ਲੱਗਣ ਤੋਂ ਬਾਅਦ। ਇਹ ਕਿੱਦਾਂ ਪੋਸੀਬਲ ਹੈਗੀ ਹੈ? ਇਹ ਪੋਸੀਬਲ ਬੜਾ ਸੌਖਾ ਸੀਗਾ ਜੀ। 2016 ਦੇ ਵਿੱਚ ਦੋ ਚੀਜ਼ਾਂ ਨਵੀਆਂ ਲਿਆਂਦੀਆਂ ਗਈਆਂ, ਇੱਕ ਸਰਦਾਰ ਪ੍ਰਭਪ੍ਰੀਤ ਸਿੰਘ ਜੀ ਅਤੇ ਗੁਰਪ੍ਰੀਤ ਸਿੰਘ ਜੀ, ਇੱਕ ਸੰਤਾ ਜੀ ਅਤੇ ਮੰਤਾ ਜੀ, ਜਿਨ੍ਹਾਂ ਨੂੰ ਸੰਤਾ ਮੰਤਾ ਦੇ ਨਾਂ 'ਤੇ ਮਸ਼ਹੂਰ ਨੇ। ਇਹਨਾਂ ਨੇ ਸਾਡੀਆਂ ਐਡਸ ਬਣਾਈਆਂ, ਸਾਡੇ 'ਤੇ ਵਿਸ਼ਵਾਸ ਕੀਤਾ। 5.5 ਬੈਂਡ 'ਤੇ ਬੰਦਾ ਜਹਾਜ਼ 'ਚ ਕੀ ਗੱਡੇ 'ਤੇ ਨਹੀਂ ਬਹਿ ਸਕਦਾ। ਇਹ ਐਡ ਬਣੀ, ਲੋਕਾਂ ਵੱਲੋਂ ਬੜਾ ਮਜ਼ਾਕ ਉਡਾਇਆ ਗਿਆ ਕਿ 5.5 ਬੈਂਡ 'ਤੇ ਤਾਂ ਬੰਦਾ ਕਦੀ ਕੈਨੇਡਾ ਜਾ ਹੀ ਨਹੀਂ ਸਕਦਾ। ਬੱਚਿਆਂ ਦੇ ਵੀਜ਼ੇ ਲੱਗੇ, ਸੈਂਕੜੇ ਬੱਚਿਆਂ ਦੇ ਵੀਜ਼ੇ ਲੱਗੇ, ਔਰ ਸਾਰੇ ਬੱਚਿਆਂ ਨੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦਿੱਤੇ। ਇੱਕ ਵੀ ਸਟੂਡੈਂਟ ਆ ਕੇ ਨਹੀਂ ਇਹ ਕਹਿ ਸਕਦਾ ਕਿ ਮੇਰੇ ਕੋਲੋਂ ਪੈਸੇ ਪਹਿਲਾਂ ਲਿੱਤੇ ਗਏ। ਸਾਰੇ ਬੱਚਿਆਂ ਨੇ ਕਾਲਜ ਦੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਦਿੱਤੀ, ਕਿਸੇ ਵੀ ਬੱਚੇ ਨੇ ਪਹਿਲਾਂ ਪੈਸੇ ਨਹੀਂ ਦਿੱਤੇ। ਇਹ ਮੁਹਿੰਮ 2016 'ਚ ਚੱਲਦੀ ਸੀ, 2017 'ਚ ਇਹਦੇ 'ਚ ਐਡ ਕਰ ਦਿੱਤਾ ਗਿਆ, ਅੰਬੈਸੀ ਫੀਸ ਵੀ ਵੀਜ਼ਾ ਲੱਗਣ ਤੋਂ ਬਾਅਦ ਲਿਆਵਾਂਗੇ। ਅੱਜ ਤੁਸੀਂ ਬਾਹਰ ਜਾਣਾ ਚਾਹੁੰਦੇ ਜੇ, ਤੁਹਾਨੂੰ ਪਹਿਲਾਂ ਪੈਸੇ ਦੇਣੇ ਪੈਂਦੇ ਆ, ਫਿਰ ਤੁਹਾਡੀ ਫਾਈਲ ਅੰਬੈਸੀ ਜਾਂਦੀ ਹੈ। ਤੁਸੀਂ ਨਵਾਂ ਰੁਪਈਆ ਨਹੀਂ ਦੇਣਾ। ਯੂ ਨੀਡ ਨੋਟ ਟੂ ਪੇ ਸਿੰਗਲ ਪੈਨੀ ਟੂ ਅਸ, ਯੂ ਹੈਵ ਟੂ ਪੇ ਅਸ ਵੰਸ ਯੂ ਗੈਟ ਵੀਜ਼ਾ। ਜੇਕਰ ਵੀਜ਼ਾ ਨਹੀਂ ਲੱਗਣਾ, ਅਸੀਂ ਤੁਹਾਡੇ ਕੋਲੋਂ ਪੈਸੇ ਨਹੀਂ ਲੈਣੇ। ਪੈਸੇ ਦੇ ਹੱਕਦਾਰ ਉਦੋਂ ਹੈਗੇ ਆ ਜਦੋਂ ਤੁਹਾਡਾ ਵੀਜ਼ਾ ਲੱਗੇ। ਮੁਹਿੰਮ ਸ਼ੁਰੂ ਕੀਤੀ ਗਈ ਸੀ 2016 'ਚ, ਅੱਜ 2017 'ਚ ਇਹ ਵੀ ਚੀਜ਼ ਹੈ ਕਿ ਅੰਬੈਸੀ ਫੀਸ ਵੀ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ। ਅਤੇ ਤੁਸੀਂ ਮਤਲਬ ਕਿ ਜਿਹੜੀਆਂ ਨਵੀਆਂ ਨਵੀਆਂ ਤੁਸੀਂ ਕੰਸੈਪਟ ਲੈ ਕੇ ਆਉਂਦੇ ਹੋ ਜੀ, ਵਿਨੇ ਜੀ, ਕਿੱਦਾਂ ਤੁਹਾਡੇ ਦਿਮਾਗ 'ਚ ਕਿਸ ਤਰ੍ਹਾਂ ਆਉਂਦਾ ਹੈ ਇਹ, ਕਿ ਕਿੱਦਾਂ ਤੁਸੀਂ ਮਤਲਬ ਇਹ ਕਰਦੇ ਹੋ ਜਿਹਦੇ ਨਾਲ ਅੱਜ ਦੇ ਸਟੂਡੈਂਟ ਇੰਨਾ ਫਾਇਦਾ ਉਠਾ ਰਹੇ ਨੇ? 5.5 ਬੈਂਡ ਦੇ ਵਿੱਚ ਕੈਨੇਡਾ ਦਾ ਵੀਜ਼ਾ ਲੱਗਣਾ, ਅੱਜ ਵੀ ਮੈਂ ਮਾਰਕੀਟ 'ਚ ਕਾਫੀ ਸਰਵੇ ਕੀਤਾ, ਕੋਈ ਬੱਚਾ ਇੱਦਾਂ ਦਾ ਨਹੀਂ ਮਿਲਿਆ ਕਿ ਜਿਹੜਾ ਕਿਸੇ ਹੋਰ ਏਜੰਟ ਕੋਲ 5.5 ਬੈਂਡ ਦਾ ਕੈਨੇਡਾ ਵੀਜ਼ਾ। ਦੇਖੋ, ਬੇਸਿਕਲੀ ਇਹਦਾ ਕ੍ਰੈਡਿਟ ਲੋਕਾਂ ਨੂੰ ਜਾਂਦਾ ਜੀ। ਅੱਜ ਪੰਜਾਬ ਦੇ ਵਿੱਚ ਰਹਿਣ ਵਾਲਾ ਸਟੂਡੈਂਟ ਜਿਹੜੇ ਬਾਹਰ ਜਾਣਾ, ਉਹ ਚੰਗੀ ਤਰ੍ਹਾਂ ਰਿਸਰਚ ਕਰਦਾ ਵਾ, ਕਿੰਨੇ ਵੀਜ਼ੇ ਲਵਾਏ, ਕਿੱਦਾਂ ਵੀਜ਼ਾ ਲੱਗਦਾ। ਲੋਕ ਮਿਹਨਤ ਕਰਦੇ ਆ, ਲੋਕ ਚੰਗੇ ਨੰਬਰਾਂ ਨਾਲ ਪਾਸ ਹੁੰਦੇ ਆ, ਮਾਂ ਬਾਪ ਕੋਲ ਪੈਸੇ ਹੈਗੇ ਆ ਸ਼ੋਅ ਕਰਨ ਨੂੰ, ਤਾਂ ਵੀਜ਼ਾ ਲੱਗਦਾ। ਅਸੀਂ ਕੋਈ ਵੱਖਰਾ ਕੰਮ ਨਹੀਂ ਕਰਦੇ। ਸਾਡੀ ਕੋਸ਼ਿਸ਼ ਹੁੰਦੀ ਹੈ ਆਪਣੇ ਵਪਾਰ ਦੇ ਵਿੱਚ ਆਪਣੇ ਆਪ ਨੂੰ ਅੱਗੇ ਰੱਖਣ ਵਾਸਤੇ ਕੋਈ ਨਵੀਂ ਪ੍ਰੋਡਕਟ ਲੈ ਕੇ ਆਈਏ। ਦੁਕਾਨ ਉਹ ਚੱਲਦੀ ਹੈ ਦੋਸਤੋ ਜਿਹੜੀ ਦੁਕਾਨ ਦੇ ਉੱਤੇ ਨਵਾਂ ਸੌਦਾ ਹੋਏਗਾ, ਜਿੱਥੇ ਪੁਰਾਣੀਆਂ ਚੀਜ਼ਾਂ ਹੋਣਗੀਆਂ ਕੋਈ ਨਹੀਂ ਜਾਂਦਾ ਉਸ ਦੁਕਾਨ 'ਤੇ। ਅਸੀਂ ਹਰ ਰੋਜ਼ ਰਿਸਰਚ ਕਰਦੇ ਹਾਂ, ਸਾਡੀ ਬੜੀ ਵੱਡੀ ਟੀਮ ਹੈ, ਸਾਡੀ ਟੀਮ ਰਿਸਰਚ ਕਰਕੇ ਕੋਈ ਨਵਾਂ ਪ੍ਰੋਡਕਟ ਦੇ ਉੱਤੇ ਕੰਮ ਕਰਦੀ ਹੈ। ਸਾਡੇ ਲਈ ਇਹ ਪ੍ਰੋਡਕਟ ਹੁੰਦਾ, ਜਦੋਂ ਕਿਸੇ ਨੇ ਬਾਹਰ ਜਾਣਾ ਵਾ, ਉਹ ਪੈਸੇ ਕਮਾਉਣ ਲਈ ਚੱਲਾ ਵਾ, ਬੜੀ ਚੰਗੀ ਤਰ੍ਹਾਂ ਉਹਨੂੰ ਵੀ ਸਮਝਣਾ ਪੈਣਾ ਅਤੇ ਸਾਨੂੰ ਵੀ ਸਮਝਣਾ ਪੈਣਾ। ਇੱਕ ਪੰਜਾਬੀ ਸਟੂਡੈਂਟ ਅੱਜ ਬਾਹਰ ਪੈਸੇ ਕਮਾਉਣ ਜਾਂਦਾ ਵਾ, ਸੈਟਲ ਹੋਣ ਜਾਂਦਾ ਵਾ, ਨਾ ਕਿ ਪੜ੍ਹਨ ਜਾਂਦਾ ਵਾ। ਪੜ੍ਹਾਈ ਇੱਕ ਪ੍ਰਾਇਮਰੀ ਚੀਜ਼ ਹੈਗੀ ਹੈ ਜਿਹਦੇ ਬੇਸ 'ਤੇ ਵੀਜ਼ਾ ਮਿਲਦਾ ਵਾ। ਤੁਸੀਂ ਪੜ੍ਹਨ ਜਾਂਦੇ ਜੇ, ਤੁਹਾਨੂੰ 20 ਘੰਟੇ ਕੰਮ ਕਰਨਾ ਅਲਾਊਡ ਆ, 20 ਘੰਟੇ ਜਿੰਨੇ ਕੁ ਪੈਸੇ ਕਮਾ ਲੈਂਦੇ ਹੋ ਕਿ ਆਪਣੇ ਪਰਿਵਾਰ ਦਾ ਆਪਣਾ ਵਧੀਆ ਢਿੱਡ ਪਾਲ ਲੈਂਦੇ ਹੋ, 2-3 ਸਾਲਾਂ 'ਚ ਤੁਸੀਂ ਪੱਕੇ ਹੋ ਜਾਂਦੇ ਹੋ। ਅਸੀਂ ਹਰ ਰੋਜ਼ ਨਵੇਂ ਪ੍ਰੋਡਕਟ 'ਤੇ ਕੰਮ ਕਰਦੇ ਹਾਂ। ਤੁਹਾਡਾ ਵੀਜ਼ਾ ਰਿਫਿਊਜ਼ ਹੈ ਕਿੰਨੀ ਵਾਰੀ? 1 ਵਾਰੀ 2 ਵਾਰੀ 4 ਵਾਰੀ 5 ਵਾਰੀ ਵਾਲੇ ਦਾ ਵੀ ਅਸੀਂ ਲਵਾ ਚੁੱਕੇ ਹਾਂ। ਮਾਯੂਸ ਹੋਣ ਨਾਲ ਕੁਛ ਨਹੀਂ ਹੋਣਾ ਦੋਸਤੋ, ਇਨਸਾਨ ਚੱਲਣਾ ਸਿੱਖਦਾ ਨਾ, ਡਿੱਗ ਡਿੱਗ ਕੇ ਚੱਲਣਾ ਸਿੱਖਦਾ। ਜੇਕਰ ਤੁਹਾਡਾ 1 ਵਾਰੀ ਵੀਜ਼ਾ ਰਿਫਿਊਜ਼ ਹੋ ਗਿਆ, ਕਿਹੜਾ ਉੱਥੇ ਕੋਈ ਫਰੋਡ ਕਾਗਜ਼ ਤਾਂ ਨਹੀਂ ਨਾ ਲਾਇਆ ਤੁਸੀਂ? ਤੁਹਾਡਾ ਘੱਟ ਨੰਬਰਾਂ ਕਰਕੇ ਵੀਜ਼ਾ ਰਿਫਿਊਜ਼ ਹੋਇਆ, ਘੱਟ ਆਇਲਸ ਕਰਕੇ ਹੋਇਆ, ਕੋਰਸ ਦੀ ਰੈਲੇਵੈਂਸੀ ਕਰਕੇ ਹੋਇਆ, ਫੰਡ ਕਰਕੇ ਹੋਇਆ, ਹਰ ਰੀਜ਼ਨ ਨਾਲ ਵੀਜ਼ਾ ਦੁਆਰਾ ਲਿੱਤਾ ਜਾ ਸਕਦਾ। ਜੇ ਕੁਛ ਨਹੀਂ ਕਰਨਾ, ਘਰੋਂ ਉੱਠੋ, ਉੱਠ ਕੇ ਸਾਨੂੰ ਮਿਲੋ, ਅਸੀਂ ਅਸੈਸਮੈਂਟ ਕਰਕੇ ਤੁਹਾਡਾ ਕੇਸ ਲਵਾਂਗੇ। ਕੋਈ ਵੀ ਪੈਸਾ ਐਡਵਾਂਸ ਨਹੀਂ ਦੇਣਾ, ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਹਨ। ਜਦੋਂ ਪੈਸੇ ਹੀ ਬਾਅਦ 'ਚੋਂ ਦੇਣੇ ਆ, ਤਾਂ ਮੈਨੂੰ ਨਹੀਂ ਲੱਗਦਾ ਇੱਦਾਂ ਦੀ ਕੋਈ ਸਰਵਿਸ ਮਿਲ ਸਕਦੀ ਹੈ। ਫਿਰ ਵੀ ਕੰਪੀਟੀਸ਼ਨ ਹੈ, ਹੋ ਸਕਦਾ ਕੋਈ ਤੁਹਾਨੂੰ 10-20 ਹਜ਼ਾਰ ਰੁਪਏ ਆਪਣੇ ਕੋਲੋਂ ਵੀ ਦੇ ਦੇਵੇ, ਬਟ ਅਸੀਂ ਹਜੇ ਤੱਕ ਸਮਾਂ ਚਾਹਵਾਂਗੇ। ਅਸੀਂ ਇਹ ਸਰਵਿਸ ਸ਼ੁਰੂ ਕੀਤੀ ਹੈ ਤਾਂ ਜੋ ਅਸੀਂ ਬੱਚਿਆਂ ਦਾ ਵਿਸ਼ਵਾਸ ਜਿੱਤ ਲਈਏ। ਜਿਹੜਾ ਬੱਚਾ ਅੱਜ ਪੈਸੇ ਖਰਾਬ ਕਰ ਬੈਠਾ ਵਾ, 2-4 ਲੱਖ ਰੁਪਈਆ ਸਿੱਖਿਆ ਮੇਲੇ ਦੀ ਆੜ 'ਚ, ਉਸ ਬੱਚੇ ਨੂੰ ਵੀ ਅਸੀਂ ਕੈਨੇਡਾ ਜਾਣ ਦਾ ਸੱਦਾ ਦਿੰਦੇ ਹਾਂ। ਤੁਹਾਡਾ 1 ਵਾਰੀ 2 ਵਾਰੀ 3 ਵਾਰੀ ਰਿਫਿਊਜ਼ ਆ, ਆਪਣੇ ਕਾਗਜ਼ ਲੈ ਕੇ ਮੇਰੇ ਕੋਲ ਆ ਜਾਓ, ਮੈਂ ਅਸੈਸਮੈਂਟ ਕਰ ਲੂੰਗਾ, ਮੈਨੂੰ ਜੱਚਦਾ ਹੋਊਗਾ, ਕੇਸ ਰੱਖ ਲੂੰਗਾ, ਨਹੀਂ ਹੋਊਗਾ ਛੱਡ ਦੂੰਗਾ। ਪੈਸੇ ਉਦੋਂ ਲਵਾਂਗੇ ਜਦੋਂ ਵੀਜ਼ਾ ਲੱਗੇ। ਤੁਸੀਂ 3 ਪ੍ਰੋਡਕਟ ਲਿਆਉਂਦੇ ਜਿਹਨਾਂ ਦੀ ਆਪਾਂ ਗੱਲ ਕਰ ਚੁੱਕੇ ਹਾਂ, ਚੌਥੀ ਚੀਜ਼ ਤੁਸੀਂ ਇੱਕ ਹੋਰ ਸ਼ੁਰੂ ਕੀਤੀ, ਕਹਿੰਦੇ 5 ਸਾਲ ਦਾ ਗੈਪ ਹੋ ਜਾਏ ਤਾਂ ਵੀ ਆਪਾਂ ਵੀਜ਼ਾ ਲਵਾ ਦਿਓ। ਹਾਂਜੀ, 5 ਸਾਲ ਦਾ ਗੈਪ ਕੁਛ ਹੁੰਦਾ ਹੀ ਨਹੀਂ ਜੀ। ਬੇਸਿਕਲੀ ਜਿਹੜੇ ਬੱਚੇ ਨੇ ਕੈਨੇਡਾ ਜਾਣਾ ਨਾ, ਉਹਦੇ ਕੋਲ ਪਰੂਫ ਹੋਣੇ ਚਾਹੀਦੇ, ਉਹਨੇ ਆਪਣੇ ਪਿਛਲੇ 5-10 ਸਾਲਾਂ 'ਚ ਕੀ ਕੀਤਾ। ਤੁਸੀਂ ਅੱਜ ਕਿਸੇ ਏਜੰਟ ਦੇ ਕੋਲ ਆਪਣੀ ਫਾਈਲ ਲੈ ਕੇ ਜਾਓ, ਤੁਹਾਡਾ 2 ਸਾਲ ਦਾ ਗੈਪ ਹੈ, ਤੁਹਾਡੀ ਕੋਈ ਫਾਈਲ ਨਹੀਂ ਫੜਦਾ, ਤੁਹਾਡੇ 'ਚ ਨੁਕਸ ਕੱਢੀ ਜਾਣਗੇ। ਤੁਹਾਨੂੰ ਕਹਿਣਗੇ ਸਾਈਪਰਸ ਚੱਲ ਜਾ, ਸਿੰਗਾਪੁਰ ਚੱਲ ਜਾ, ਤਰ ਅਮਰੀਕਾ ਦਾ ਕੇਸ ਲਾ ਦਿੰਦੇ ਹਾਂ। ਜਾਣਾ ਤੁਸੀਂ ਕੈਨੇਡਾ ਵਾ, ਤੁਹਾਡਾ ਰਿਸ਼ਤੇਦਾਰ ਕੈਨੇਡਾ ਰਹਿੰਦਾ, ਤੁਹਾਡਾ ਦੋਸਤ ਕੈਨੇਡਾ ਰਹਿੰਦਾ, ਔਰ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਗਿਆ, ਹੁਣ ਤੁਸੀਂ ਕਿੱਦਾਂ ਕਿਸੇ ਹੋਰ
कि नहीं तू फलानी कंट्री चल जा, तुहाडा दो वारी रिफ्यूज है, चार वारी रिफ्यूज है, पांच वारी गैप, पांच साल का गैप है, असीं लवा के देवांगे वीजा, ऑलरेडी लवा चुके हैं, काम करना आता होना चाहिए वह ता काम हों। डॉक्टर को जाने हैं, डॉक्टर जवाब दे दिंदा जी अपने मरीज की जाके सेवा कर लो, ठीक नहीं होना कि मरीज नूं घर लैने नहीं लिया, स्पैशलिस्ट को जाने नहीं आराम आता, वधिया जगह टैसट कराने, विदेश च लै जाने अपना बंदा इलाज करान, तो फिर वीजे बारी की हो जाता, तुहानूं वीजा रिफ्यूज होया ना, असी चैलेंज लैन नूं तैयार हाँ, अपने कागज दिखाओ मैनूं, मैं नहीं कहता तुहाडा फ्रैश केस मैनूं दिओ, मैनूं रिफ्यूजल वाला केस दिओ तो साडा काम देखो, तो फिर सानू पैसे दिओ, असी पैसे उदो लवांगे जो वीजा लगे। तो जिहड़े बच्चे प्लस टू कर रहे हैं या ग्रैजुएशन कर रहे हैं जी, तुसी बच्चे नूं की सलाह देना चाहोगे कि प्लस टू तो बाद ट्राई करन के ग्रैजुएशन तो बाद ट्राई? कोई भी बच्चा जिहड़ा अज ग्यारहवीं क्लास च है, दसवीं क्लास च है, उन्हें यही हिदायत दूंगा प्लस टू च चंगे नंबर नाल पास होवो, प्लस टू तो बाद बाहर जाओगे दोवां सालां च डिप्लोमा करके, तीजे साल वर्क परमिट लैके चौथे साल पी आर हो जाओगे, बैचलर च फसे रहोगे इत्थे चार सालां च बी टैक होनी जाके, उन्होंने चार साल कनेडा पैरों पर होना, चार साल बाद दो लख रुपया महीना कमाते होना, इतने तो तुम्हें 10,000 की नौकरी नहीं मिलनी। पंजाबी स्टूडेंट मेहनती होंगे, एक पंजाबी विद्यार्थी जिहड़ा मेहनत करके मजदूरी करके अपने आप को प्रूव कर लेंदा, और अज पूरी दुनिया उस विद्यार्थी का वेलकम करती है जिहड़ा इज्जत मान दे नाल जांदा। तुसी जो करना सोच समझ के करो, इन्हां दा काम तुहाडे कोलों पैसे लैके तुहाडा केस अप्लाई करना, जे ये वीजे की जिम्मेवारी नहीं लेंगे, तुहाडे केस दे उत्ते खेलिया जाता वा, तुहाडे केस दे विच तुहाडे कोलों 20,000 रुपया एडवांस लिता जाता, क्यों असी वो 20,000 रुपया एडवांस दिंदे जदों साडा वीजा ही नहीं लगा, असी पैसे दे हकदार बीइंग एजुकेशन एजेंट, मैं पैसे दा हकदार उदों हां जदों मैं वीजा लवाऊंगा, वीजा नहीं लवाया तो मेरा कहदा पैसा आ जी, जॉब है ना, मैं जॉब की नहीं तो मैनूं किदां पैसे मिल जूगा, जे कोई बंदा तनखाह लैंदा पिया जे कम ते जाऊगा नहीं तो उहनूं किदां तनखाह मिल जूगी, असी लवांगे सारे पैसे वीजा लगन तो बाद। बच्चों को तुम की सलाह दोगे, उन्होंने की रिक्वायरमेंट है जो उन्होंने कैनेडा वास्ते अप्लाई करना? कुछ भी रिक्वायरमेंट नहीं, बारहवीं के 60% नंबर है, आराम ना कागज लैके साढ़े को आ जाओ, बारहवीं क्लास 60% नंबर चाहिए, 6.5 बैंड हो गए तो डिग्री जाओगे, 6 बैंड हो गए डिप्लोमे जाओगे, 5.5 बैंड है, बैंड नहीं है अंग्रेजी पढ़न जाओगे, अंग्रेजी पढ़ लियो जाके फिर बैचलर डिग्री कर लियो फिर डिप्लोमा कर लियो, कोई मनाही नहीं हैगी, तुहाडे नंबर है 40%, इत्थे आके काम बच जाना ना, ਤੁਸੀਂ ਪਹਿਲਾਂ ਰਿਫਿਊਜ਼ ਜੇ ਤੁਸੀਂ ਨਕਲੀ ਕਾਗਜ਼ ਲਾ ਦਿੱਤਾ, ਤੁਹਾਡੇ ਕੋਲ ਫੰਡ ਨਹੀਂ ਹੈਗੇ ਸ਼ੋਅ ਕਰਨ ਨੂੰ, ਏਜੰਟ ਨੂੰ 2,00,000 ਰੁਪਇਆ ਦੇਣ ਨੂੰ ਤਿਆਰ ਜੇ ਕਿ ਭਾਅ ਜੀ 2,00,000 ਰੁਪਇਆ ਲੈ ਲਓ ਮੇਰੇ ਫੰਡ ਸ਼ੋਅ ਕਰ ਦਿਓ, ਉਹ ਤਾਂ ਪਹਿਲੇ ਤਿਆਰ ਬੈਠੇ ਆ ਤੁਹਾਡੇ ਕੋਲ ਪੈਸੇ ਲੈਣ ਨੂੰ, ਫੰਡ ਆਪਣੇ ਆਪ ਸ਼ੋਅ ਕਰੋ, ਕੋਈ ਜਾਲੀ ਕਾਗਜ਼ ਨਾ ਲਾਓ, ਗੈਪ ਹੈਗਾ ਗੈਪ ਨੂੰ ਚੰਗੀ ਤਰ੍ਹਾਂ ਜਸਟੀਫਾਈ ਕਰੋ, ਫਰਜ਼ੀ ਡਿਪਲੋਮਿਆਂ ਦੇ ਸਰਟੀਫਿਕੇਟ ਬਣਾ ਕੇ ਨਾ ਲਾਓ, ਜੋ ਵੀ ਕਰਨਾ ਸੋਚ ਸਮਝ ਕੇ ਕਰਿਓ, ਇੱਕ ਵਾਰ ਰਿਫਿਊਜ਼ ਹੋ ਗਿਆ ਨਾ ਬੜੇ ਆਸ ਟੁੱਟਦੀ ਹੈ, ਸਾਰਾ ਪਰਿਵਾਰ ਪਰੇਸ਼ਾਨ ਹੁੰਦਾ, ਜੋ ਵੀ ਕਰਨਾ ਸੋਚ ਸਮਝ ਕੇ ਕਰਿਓ, ਚੰਗੇ ਨੰਬਰਾਂ ਦੇ ਨਾਲ ਪਾਸ ਹੋ ਤਾਂ ਅਪਲਾਈ ਕਰਿਓ, ਅਸੀਂ ਲੈਂਦੇ ਹਾਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਕਈ ਬੱਚਿਆਂ ਦੇ ਮਨ 'ਚ ਵਹਿਮ ਹੈ ਕਿ ਜੀ ਮੇਰੀ ਕਿਤੇ ਰਿਫਿਊਜ਼ਲ ਹੋ ਗਈ ਹੈ ਅਤੇ ਹੁਣ ਸਾਨੂੰ ਥੋੜ੍ਹਾ ਗੈਪ ਪਾਉਣਾ ਚਾਹੀਦਾ, ਘੱਟੋ ਘੱਟ 6 ਮਹੀਨੇ ਸਾਲ ਦਾ ਫਿਰ ਅਪਲਾਈ ਕਰਨਾ ਚਾਹੀਦਾ, ਇੱਦਾਂ ਦੀ ਵੀ ਕੋਈ ਗੱਲ ਹੈ ਜੀ? ਬਿਲਕੁਲ ਨਹੀਂ, ਕਦੀ ਜਿੱਦਾਂ ਹੀ ਰਿਫਿਊਜ਼ ਹੋਇਆ ਅਗਲੇ ਦਿਨ ਅਪਲਾਈ ਕਰਨਾ ਚਾਹੀਦਾ, ਤੁਹਾਡਾ ਇੱਕ ਵਾਰ ਰਿਫਿਊਜ਼ ਕੀਤਾ ਦੂਜੀ ਵਾਰੀ ਅਪਲਾਈ ਕਰਨਾ ਸੀ, ਕੀ ਰੀਜ਼ਨ ਹੈ ਰਿਫਿਊਜ਼ ਹੋਣ ਦਾ? ਲੋ ਅਕੈਡਮਿਕਸ, ਲੈਂਗੁਏਜ ਐਬਿਲਿਟੀ, ਇਹੀ ਰਿਫਿਊਜ਼ਲ ਦੀਆਂ ਰੀਜ਼ਨ ਹੁੰਦੀਆਂ। ਕੋਰਸ ਇਜ਼ ਨੋਟ ਰੈਲੇਵੈਂਟ, ਕਰ ਦਿੰਦੇ ਰੈਲੇਵੈਂਟ ਆਪਾਂ, ਕਿੱਦਾਂ ਰੈਲੇਵੈਂਟ ਹੁੰਦਾ ਕੋਰਸ? ਆਰਟਸ ਪੜ੍ਹੇ ਜੇ ਤੁਹਾਨੂੰ ਕਮਰਸ ਦਾ ਕੋਰਸ ਦਿੱਤਾ ਸੀ, ਅਸੀਂ ਆਰਟਸ ਦਾ ਦੇ ਦਿਆਂਗੇ, ਕਿਹੜੀ ਕੌਣ ਖੋਲ੍ਹਣੀ ਇਹਦੇ 'ਚ? ਕੋਈ ਵੀ ਚੀਜ਼ ਇੰਪੋਸੀਬਲ ਨਹੀਂ ਹੈਗੀ, ਯਾਦ ਰੱਖਿਓ ਇਸ ਚੀਜ਼ ਨੂੰ, ਇਹ ਵੀਜ਼ੇ ਵੂਜ਼ੇ ਬੜੀਆਂ ਛੋਟੀਆਂ ਚੀਜ਼ਾਂ ਹੈਗੀਆਂ, ਜ਼ਿੰਦਗੀ ਲੜਾਈ ਲੜਨੀ ਜੇ ਇੱਦਾਂ ਚੁੱਪ ਕਰਕੇ ਘਰ ਬਹਿ ਜਾਓਗੇ ਸਾਰੀ ਜ਼ਿੰਦਗੀ ਬਹਿਣਾ ਪੈਣਾ, ਜੇ ਇੱਕ ਵਾਰ ਡਿੱਗੇ ਨਾ ਸਾਰੀ ਜ਼ਿੰਦਗੀ ਡਿੱਗੇ ਰਹੋਗੇ ਜੇ ਨਾ ਉੱਠੋਗੇ। ਉੱਠੋ, ਕਿੱਥੇ ਜਾਣਾ? ਉੱਠ ਕੇ ਮੇਰੇ ਕੋਲ ਆਉਣਾ, ਚੰਡੀਗੜ੍ਹ ਆਉਣਾ, ਲੁਧਿਆਣੇ ਆਉਣਾ, ਅੰਮ੍ਰਿਤਸਰ, ਜਿੱਥੇ ਵੀ ਰਹਿੰਦੇ ਹੋ ਤੁਸੀਂ ਇੱਕ ਅਪੁਆਇੰਟਮੈਂਟ ਬਣਾ ਲਓ, ਇੱਕ ਨੰਬਰ ਤੁਹਾਨੂੰ ਚੱਲਦਾ ਵਾ, ਵੀਜ਼ਾ ਲੱਗਣਾ ਹੋਊਗਾ ਫੜੂੰਗਾ, ਨਹੀਂ ਲੱਗਣਾ ਹੋਊਗਾ ਫਿਰ ਮੈਂ ਆਪਣੇ ਪੈਸੇ ਥੋੜ੍ਹੀ ਖਰਾਬ ਕਰੂੰਗਾ। ਅਸੀਂ ਲੈਂਦੇ ਹਾਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ, ਕਾਲਜ ਫੀਸ, ਦਾਖਲਾ ਫੀਸ, ਮੈਸੀ ਫੀਸ, ਕਿਹੜਾ ਬੰਦਾ ਜਿਹੜਾ ਤੁਹਾਡੇ ਉੱਤੇ ਪੈਸੇ ਲਾਏਗਾ? ਅਸੀਂ ਲਾਵਾਂਗੇ, ਪੈਸੇ ਲਾਵਾਂਗੇ, ਕਿਉਂ ਲਾਵਾਂਗੇ? ਵੀਜ਼ਾ ਲਵਾਉਣਾ ਚਾਹੁੰਦੇ, ਸਮਝਦਾਰ ਤੁਸੀਂ ਜੇ। ਅਤੇ ਤੁਹਾਡੇ ਆਫਿਸ ਅਲੱਗ ਅਲੱਗ ਜਗ੍ਹਾ 'ਤੇ ਨੇ, ਪਰ ਬੱਚਿਆਂ ਦੀ ਸ਼ਿਕਾਇਤ ਹੈ ਕਿ ਉੱਥੇ ਜਾਂਦੇ ਤਾਂ ਰਸ਼ ਬਹੁਤ ਹੈ, ਲਾਈਨਾਂ ਲੱਗੀਆਂ ਹੋਈਆਂ ਨੇ, ਕੋਈ ਤੁਸੀਂ ਔਨਲਾਈਨ ਵੀ ਫੈਸਿਲਿਟੀ ਦਿੰਦੇ ਹੋ ਕਿ ਬੱਚੇ ਤੁਹਾਡੇ ਨਾਲ ਕੰਸਲਟ ਕਰ ਸਕਣ? ਦੇਖੋ, ਔਨਲਾਈਨ ਇੱਦਾਂ ਵੀ ਆਫਲਾਈਨ ਹੀ ਕੰਮ ਚੱਲਦੇ ਆ ਜੀ ਸਾਰੇ, ਅੱਜ ਕੱਲ੍ਹ ਸਾਰੀਆਂ ਚੀਜ਼ਾਂ ਔਨਲਾਈਨ ਨਹੀਂ ਹੈਗੀਆਂ, ਇਕੱਲਾ ਹੀ ਹੈਗਾ ਮੈਂ, ਕਿੰਨੇ ਕੁ ਬੰਦਿਆਂ ਨੂੰ ਰੋਜ਼ ਮਿਲਾਂਗਾ ਅਤੇ ਕਿੰਨੀ ਕੁ ਲੋਕਾਂ ਨੂੰ ਸਰਵਿਸ ਦੇ ਰਹਾਂਗਾ, ਫਿਰ ਵੀ ਕੋਸ਼ਿਸ਼ ਕਰਦੇ ਪਏ ਹਾਂ, ਸਾਡੀ ਟੀਮ ਬੜੀ ਕੁਆਲੀਫਾਈਡ ਆ। ਬਾਕੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਹੀ ਇੱਕ ਵਾਰੀ ਮਿਲੋ, ਮੈਂ ਅਸੈਸਮੈਂਟ ਕਰਕੇ ਦੱਸ ਦੂੰਗਾ ਕੰਮ ਹੋਣਾ ਜਾਂ ਨਹੀਂ ਹੋਣਾ। ਬਾਕੀ ਜੋ ਕਰਨਾ ਚਾਹੁੰਦੇ ਹੋ ਸੋਚ ਸਮਝ ਕੇ ਕਰਿਓ, ਜੇ ਰਿਫਿਊਜ਼ ਹੋ ਗਿਆ 2,00,000 ਰੁਪਇਆ ਖਰਾਬ ਹੋਣਾ, ਇਹ 2,00,000 ਦਾ ਵਾਲੀ ਵਾਰ ਸਿਖਾਉਣਾ, ਤੁਸੀਂ ਆਪ ਸਮਝਦਾਰ ਹੋ,
ਐਵੇਂ ਲੋਕਾਂ ਨੂੰ ਪੈਸੇ ਚੱਕ ਚੱਕ ਨਾ ਫੜਾਈ ਜਾਓ, ਬੜੀ ਔਖੇ ਪੈਸੇ ਕਮਾਏ ਜਾਂਦੇ ਆ। ਪੁੱਛ ਕੇ ਦੱਸੋ ਦੇਖੋ ਉਸ ਜ਼ਿਮੀਂਦਾਰ ਨੂੰ ਜਿਹਦਾ 50,000 ਰੁਪਈਆ ਤੁਸੀਂ ਮਿੰਟ 'ਚ ਖਰਾਬ ਕਰਾਤਾ, ਆਪਣੇ ਬਾਪ ਦਾਦਾ ਨੂੰ ਦੇਖੋ ਕੰਮ ਕਰਦਿਆਂ ਕਿੱਦਾਂ ਇੱਕ ਇਨਸਾਨ ਸਾਰਾ ਮਹੀਨਾ ਨੌਕਰੀ ਕਰਕੇ ਵੀ 25,000 ਰੁਪਇਆ ਤਨਖਾਹ ਘਰ ਲੈ ਕੇ ਆਉਂਦਾ, ਸਾਰਾ ਮਹੀਨਾ ਕੰਮ ਕਰਕੇ ਵੀ 25,000 ਰੁਪਇਆ ਕਮਾਉਂਦਾ ਇੱਕ ਆਮ ਆਦਮੀ, ਤਾਂ ਤੁਸੀਂ 50,000,00,000 ਰੁਪਇਆ ਕਿਸੇ ਵੀ ਏਜੰਟ ਨੂੰ ਇੱਦਾਂ ਹੀ ਬਣਾ ਦਿੰਦੇ। ਜੇ ਅੱਜ ਤੁਸੀਂ ਆਪਣੇ ਉਸ 50,000,00,000 ਰੁਪਏ ਦੀ ਰੱਖਿਆ ਨਹੀਂ ਕਰ ਸਕਦੇ, ਤੁਹਾਨੂੰ ਕੈਨੇਡਾ ਜਾਣ ਦਾ ਕੋਈ ਹੱਕ ਨਹੀਂ ਹੈਗਾ। ਜੋ ਵੀ ਕਰਨਾ ਸੋਚ ਸਮਝ ਕੇ ਕਰਿਓ। ਮੈਂ ਮੁੜ ਕੇ ਘੁੰਮ ਕੇ ਉੱਥੇ ਹੀ ਆਉਣਾ, ਅਸੀਂ ਲੈਂਦੇ ਹਾਂ ਪੈਸੇ ਵੀ ਜਾ ਲੱਗਣ ਤੋਂ ਬਾਅਦ। ਜਾਂਦੇ ਜਾਂਦੇ ਮਤਲਬ ਅਖੀਰਲਾ ਸਵਾਲ ਪੁੱਛਣਾ ਚਾਹੁੰਦਾ ਕਿ ਜਿਹੜੇ ਜਿਹਦਾ ਰਿਫਿਊਜ਼ ਹੁੰਦਾ ਉਹਦਾ ਤੁਸੀਂ ਵੀ ਕਹਿੰਦੇ ਹੋ, ਤਾਂ ਮੈਂ ਦੇਖਿਆ ਵੀ ਹੈ 1.5-2 ਲੱਖ ਦਾ ਨੁਕਸਾਨ ਹੁੰਦਾ ਹੈ ਜੀ। ਅਤੇ ਜੇ ਤੁਹਾਡੇ ਕੋਲੋਂ ਕਿਸੇ ਬੱਚੇ ਦਾ ਰਿਫਿਊਜ਼ ਹੋ ਜਾਏ, ਤੁਸੀਂ ਤਾਂ ਪੈਸੇ ਲਿੱਤੇ ਨਹੀਂ ਗਏ, ਅਸੀਂ ਲਿਆ ਹੀ ਕੁਛ ਨਹੀਂ ਜੀ, ਤਾਂ ਤੁਹਾਡਾ ਵੀ 1.5-2 ਲੱਖ ਦਾ ਨੁਕਸਾਨ ਹੋ ਗਿਆ। ਸਾਰਿਆਂ ਦਾ ਨੁਕਸਾਨ ਹੋਣਾ ਜੀ, ਨੁਕਸਾਨ ਸਾਡਾ ਕਿੱਦਾਂ ਹੋਊਗਾ, ਅਸੀਂ ਫੜਦੇ ਹੀ ਨਹੀਂ ਕੇਸ ਜਿਹਦੇ 'ਚ ਰਿਫਿਊਜ਼ ਹੋਣਾ ਜੀ। ਮੈਂ ਆਪਣਾ ਨੁਕਸਾਨ ਕਿਉਂ ਕਰੂੰਗਾ, ਮੈਂ ਐਵੇਂ ਥੋੜ੍ਹੀ 1,00,000 ਰੁਪਇਆ ਹਰ ਬੰਦੇ ਦੇ ਉੱਤੇ ਲਾ ਜੂੰਗਾ, ਪੈਸੇ ਉਹਦੇ 'ਤੇ ਲਾਊਂਗਾ ਨਾ ਜਿੱਦਾਂ ਪਤਾ ਉਹਦਾ ਵੀਜ਼ਾ ਲੱਗਣਾ। ਇਹ ਚੀਜ਼ ਤੁਸੀਂ ਸਮਝ ਨਹੀਂ, ਤੁਹਾਡੇ ਘਰ ਕੋਈ ਬਜ਼ੁਰਗ ਹੈਗਾ, ਤੁਹਾਡੇ ਪਿਤਾ ਜੀ ਨੇ, ਮਾਤਾ ਜੀ ਨੇ, ਉਹਨਾਂ ਨੂੰ ਆਹ ਵੀਡੀਓ ਦਿਖਾ ਦਿਓ, ਯੂਟਿਊਬ ਦੇ ਉੱਤੇ ਵੀ ਹੋਏਗਾ, ਉਹਨਾਂ ਨੂੰ ਵੀਡੀਓ ਦਿਖਾ ਦਿਓ ਅਤੇ ਪੁੱਛ ਲਿਓ ਕਿ ਆਹ ਬੰਦਾ ਸੱਚ ਬੋਲਦਾ ਪਿਆ ਝੂਠ ਬੋਲਦਾ ਪਿਆ। ਜਿਹੜੇ ਸਿਆਣੇ ਹੁੰਦੇ ਨਾ, ਸ਼ਕਲ ਦੇਖ ਕੇ ਪਤਾ ਲੱਗ ਜਾਂਦਾ ਉਹਨਾਂ ਨੂੰ। ਇੱਥੇ ਕੋਈ ਤਿਆਰੀ ਕਰਕੇ ਤੁਹਾਨੂੰ ਠੱਗਣ ਨੂੰ ਨਹੀਂ ਬੈਠੇ ਹੋਏ, ਤੁਹਾਨੂੰ ਗਾਈਡੈਂਸ ਦਿੰਦੇ ਪਏ ਆ ਕਿੱਦਾਂ ਕੰਮ ਹੁੰਦਾ, ਔਰ ਆਪਦੇ ਕੰਮ ਦੀ ਪ੍ਰਮੋਸ਼ਨ ਕਰਦੇ ਪਏ ਹਾਂ। ਅਸੀਂ ਲੈਂਦੇ ਹਾਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ, ਕਿਉਂ? ਕਿਉਂਕਿ ਤੁਹਾਡਾ ਕੰਮ ਕਰਾਉਣਾ ਚਾਹੁੰਦੇ ਹਾਂ। ਸਮਝਦਾਰ ਤੁਸੀਂ ਜੇ ਮੇਰੇ ਕੋਲ ਆਉਣਾ ਜੀ ਸੱਦ ਕੇ, ਨਹੀਂ ਆਉਣਾ ਹੋਰ ਵੀ ਬੜੇ ਸਿਆਣੇ ਏਜੰਟ ਹੈਗੇ ਆ, ਕਿਸੇ ਕੋਈ ਕੇਸ ਅਪਲਾਈ ਕਰ ਲਿਓ। ਇਹਨੇ ਜੀ ਤੁਸੀਂ ਸਾਡੇ ਦਰਸ਼ਕਾਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ, ਅਤੇ ਵਾਕਈ ਤੁਸੀਂ ਬਹੁਤ ਵਧੀਆ ਜਿਹੜੀ ਫੈਸਿਲਿਟੀ ਦੇ ਰਹੇ ਹੋ ਬੱਚਿਆਂ ਨੂੰ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਅਤੇ ਨੈਕਸਟ ਐਪੀਸੋਡ 'ਚ ਫਿਰ ਤੁਹਾਨੂੰ ਤਕਲੀਫ ਦੇਵਾਂਗੇ। ਧੰਨਵਾਦ ਜੀ, ਧੰਨਵਾਦ।